ਐ ਤੇਰੇ ਲਾਲ ਨਾਗਿਨ ਵਧ ਗਈ ਹੋਰ ਵਧਾ ਇਹਨੂੰ ਸੱਜੇ ਨੂੰ ਜਾ ਸੱਜੇ ਨੂੰ ਕਿਉਂ ਸੱਜੇ ਨੂੰ ਸੜਕ ਬਣੀ ਹੋਈ ਹੈ ਓਏ ਤੂੰ ਮਰਵਾ ਨਾ ਦੀ ਖੱਬਾ ਨੱਪ ਖੱਬਾ ਉਹ ਤੂੰ ਮਰ ਜਾਣਾ ਇੱਧਰ ਨੱਪ ਉਹ ਵਧਾ ਨਾਗਿਨ ਨੂੰ ਬਣਿਆ ਕੁਛ ਉਹ ਯਾਰ ਜਿਹਨੇ ਵਿਆਹ ਹੀ ਘਰਦਿਆਂ ਦੀ ਮਰਜ਼ੀ ਨਾਲ ਕਰਾਉਣਾ ਉਹਦੇ ਪਿੱਛੇ ਟਾਈਮ ਖਰਾਬ ਕਰਕੇ ਕੀ ਫਾਇਦਾ ਉਹਦੇ ਪਿੱਛੇ ਤਾਂ ਵਿਚੋਲਾ ਲਾਉਣਾ ਪਊਗਾ ਪਿੱਛੇ ਲਾਉਣ ਨੂੰ ਤਾਂ ਕਹਿੰਦਾ ਜਿਵੇਂ ਵਿਚੋਲਾ ਨਹੀਂ ਕੁੱਤਾ ਲਾਉਣਾ ਹੁੰਦਾ ਪਰ ਹੁਣ ਐਂ ਦੱਸੋ ਵਿਚੋਲਾ ਕਿੱਥੋਂ ਲੱਭਾਂਗੇ ਕੀ ਮਤਲਬ ਆਪਾਂ ਨੀ ਵੀ ਇਹੋ ਜਿਹੇ ਕੁੱਤੇ ਕੰਮ ਚ ਪੈਂਦੇ ਮੰਨ ਜਾ ਯਾਰ ਵੀਰਾ ਬਣ ਕੇ ਆਪਾਂ ਨੀ ਬਈ ਕੜਾ ਪਾਉਂਗਾ ਬੇਬੇ ਨੂੰ ਕਹਿ ਕੇ ਵੀਰਾ ਬਣ ਕੇ ਕੜਾ ਚਾਹੇ ਸੰਗਲ ਪਾ ਮੈਂ ਨੀ ਨਾਲੇ ਕੀ ਸਾਰਾ ਦਿਨ ਸੱਪਾਂ ਨਾਲ ਖੋਜਲਦਾ ਰਹਿਣਾ ਯਾਰ ਆਈਫੋਨ ਲੈ ਕੇ ਦਊਂਗਾ ਉਹ ਬਤਾਉਂ ਵਾਲੀ ਖੇਡੀ ਕੈਂਡੀ ਕ੍ਰਸ਼ ਵੀਰਾ ਬਣ ਕੇ ਸਾਲੇ ਬਣੇ ਨੇ ਬਤਾਉਂ ਵਾਲੇ ਤੇ ਮੈਥੋਂ ਨੂੰ ਮੈਂ ਨਹੀਂ ਬਾਈ ਮੰਨ ਜਾ ਯਾਰ ਲਵੀ ਮੰਨ ਜਾ ਯਾਰ ਏਡਾ ਬਹੁਤਾ ਨਖਰਾ ਨਹੀਂ ਹੋ ਸਕਦਾ ਬਾਈ ਨਾ ਨਾ ਆਪਾਂ ਨਹੀਂ ਨਾ ਧੀਆਂ ਭੈਣਾਂ ਤਾਂ ਜੀ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਹਾਂਜੀ ਮਾੜਾ ਕੰਮ ਆਪਾਂ ਕਰਨਾ ਨਹੀਂ ਦੇਖੋ ਸੱਚ ਕਹਿਣਾ ਸੁਖੀ ਰਹਿਣਾ ਹਾਂਜੀ ਹਾਂਜੀ ਨਾਲੇ ਕੁੜੀਆਂ ਚਿੜੀਆਂ ਦਾ ਵਿਚਾਰੀਆਂ ਦਾ ਪਾਪ ਖੱਟ ਕੇ ਜਾਣਾ ਕਿੱਥੇ ਹੈ ਹਾਂਜੀ ਆਖਰ ਉਸ ਰੱਬ ਨੂੰ ਵੀ ਤਾਂ ਜਾਨ ਦੇਣੀ ਆ ਨਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਬਾਈ ਜੀ ਹਰਨੇਕ ਸਿੰਘ ਭੋਲਾ ਜੀ ਮੇਰਾ ਨਾਂ ਗੰਡੂਆਂ ਪਿੰਡ ਤੋਂ ਆ ਜੀ ਸਨਾਮ ਕੋਲੋਂ ਸਾਧੂ ਸਿੰਘ ਦਾ ਮੁੰਡਾ ਤੇ ਮੈਂ ਰਿਸ਼ਤੇ ਕਰਾਉਣ ਦਾ ਕੰਮ ਕਰਦਾ ਜੀ ਆਓ ਜੀ ਆਓ ਜੀ ਜੀ ਆਇਆਂ ਨੂੰ ਆ ਤਾਂ ਤੁਸੀਂ ਬਹੁਤ ਹੀ ਵੱਡਾ ਪੁੰਨ ਦਾ ਕੰਮ ਕਰਦੇ ਹੋ ਜੀ ਕੁੜੀ ਹੈ ਕਿਹੜੇ ਪਿੰਡੋ ਓਏ ਹੋਏ ਉਹ ਤਾਇਆ ਇਹ ਤਾਂ ਭੈਣ ਲਈ ਰਿਸ਼ਤਾ ਲੈ ਕੇ ਆਇਆ ਉਹ ਤੂੰ ਐਵੇਂ ਨਾ ਹਰ ਜਗ੍ਹਾ ਆਪਣਾ ਯੱਕਾ ਤੋੜ ਲਿਆ ਕਰ ਉਹ ਤਾਇਆ ਸਾਡਾ ਛੜਿਆ ਜੀ ਹੁਣ ਦੱਸੋ ਇਸ ਉਮਰ 'ਚ ਇਹਦੇ ਲਈ ਕਿੱਥੋਂ ਡੋਲਾ ਲੈ ਕੇ ਆਈਏ ਦੇਖੋ ਜੀ ਉਮਰ ਤਾਂ ਮੈਂ ਚਲਾ ਦੂੰ ਪਰ ਆ ਰੰਗ ਨਹੀਂ ਚੱਲਣਾ ਤੁਸੀਂ ਤਾਏ ਨੂੰ ਛੱਡੋ ਜੀ ਕੋਈ ਵਧੀਆ ਮੁੰਡਾ ਤਾਂ ਦੱਸੋ ਜੇ ਕੋਈ ਚੰਗਾ ਮੁੰਡਾ ਮਿਲ ਜੇ ਨਾ ਅਸੀਂ ਖੜੇ ਪੈਰ ਕੁੜੀ ਦਾ ਰਿਸ਼ਤਾ ਕਰਨ ਨੂੰ ਤਿਆਰ ਹਾਂ ਮੈਂ ਕਹਿੰਦਾ ਜੀ ਮਿਲ ਗਿਆ ਸਮਝੋ ਮੁੰਡਾ ਤਾਂ ਹੈ ਮੇਰੀ ਨਿਗਾਹ ਦੇ ਵਿੱਚ ਇੱਕ ਨਾਲੇ ਚੁਆਨੀ ਲੈਣੀ ਨੀ ਕੁੜੀ ਨੂੰ ਆਪਣੀ ਨੂੰ ਚਾਹੇ ਤਿੰਨ ਕੱਪੜਿਆਂ 'ਚ ਤੋਰ ਦਿਓ ਆਹ ਵਧੀਆ ਉਹ ਗੱਲ ਸੁਣੋ ਤੁਸੀਂ ਬਹੁਤੇ ਸਿਆਣੇ ਇਹੋ ਜਿਹੇ ਝੋਲਾ ਚੱਕਦੇ ਮਗਰ ਨਾ ਲੱਗੋ ਇਹ ਵਿਚੋਲਿਆਂ ਦਾ ਮਹਿਕਮਾ ਇਹੋ ਜਿਹਾ ਹੀ ਹੁੰਦਾ ਮਾਰ ਕੇ ਨਾ ਵੱਡੇ ਵੱਡੇ ਗੱਪ ਟਾਂਕਾ ਜੋੜ ਕੇ ਆਪ ਗਾਹਾਂ ਜਾਂਦੇ ਆ ਨਹੀਂ ਨਹੀਂ ਜੀ ਆਹ ਗੱਪ ਗੁੱਪ ਵਾਲੀ ਕੋਈ ਗੱਲ ਨਹੀਂ ਜੇ ਗੱਪ ਵਾਲੀ ਗੱਲ ਹੁੰਦੀ ਤਾਂ ਮੈਂ ਤੁਹਾਡਾ ਜੱਕਾ ਨਾ ਰੋੜ ਦਿੰਦਾ ਆਹ ਵੇਪੁਰ ਹੈ ਜੈਲਦਾਰ ਦਾ ਮੁੰਡਾ ਜੀ 38 ਕਿੱਲੇ ਜ਼ਮੀਨ ਆਉਂਦੀ ਚਾਹੇ ਪਤਾ ਕਰਾ ਲਓ ਜਾ ਕੇ ਚਲੋ ਠੀਕ ਹੈ ਤੁਸੀਂ ਤੋਰੋ ਗੱਲਬਾਤ ਚਲੋ ਠੀਕ ਹੈ ਜੀ ਮੈਂ ਅੱਜ ਹੀ ਤੋਰ ਲੈਣਾ ਤੁਸੀਂ ਆਪਣੀ ਤਾਰੀ ਰੱਖੋ ਹੈ ਜੀ ਚਲੋ ਠੀਕ ਹੈ ਜੀ ਫਿਰ ਹੈ ਸਤਿ ਸ਼੍ਰੀ ਅਕਾਲ ਚੰਗਾ ਜੀ ਠੀਕ ਹੈ ਜੀ